ਭੁੱਖੜ ਤਾਲ ਦੇ ਉੱਪਰ ਬੈਠਣ ਦਾ ਇੱਕ ਹੀ ਮਕਸਦ ਆ ਵੀ ਸ਼ਹਿਰ ਦਾ ਵਿਕਾਸ ਹੋਵੇ। ਸ਼ਹਿਰ ਦਾ ਇੰਨਾ ਬੁਰਾ ਹਾਲ ਆ, ਜੋ ਵੀ ਸੜਕ ਸ਼ਹਿਰ ਦੀ ਆ ਮੇਨ ਆ ਜਾਂ ਗਲੀਆਂ, ਇੰਨਾ ਬੁਰਾ ਹਾਲ ਆ ਵੀ ਖੱਡੇ ਇੰਨੇ ਪਏ ਆ, ਸਾਈਕਲ ਵਾਲਾ ਨਹੀਂ ਲੰਘ ਸਕਦਾ, ਤੁਰਕੇ ਵਾਲਾ ਤਾਂ ਰਾਤ ਨੂੰ ਦਿਨੇ ਡਿੱਗਦਾ ਹੀ ਡਿੱਗਦਾ। ਸਾਡੀ ਮੇਅਰ ਸਾਹਿਬ ਨਾਲ 8 ਮਹੀਨੇ ਹੋ ਗਏ ਮੀਟਿੰਗ ਹੋਈ ਨੂੰ ਹਾਊਸ ਦੀ ਨੂੰ, ਨਾ ਤਾਂ ਮੇਅਰ ਸਾਹਿਬ ਮੀਟਿੰਗ ਸੱਦ ਰਿਹਾ, ਨਾ ਇੱਥੇ ਕੋਈ ਕਮਿਸ਼ਨਰ ਲੱਗਣ ਨੂੰ ਤਿਆਰ ਆ, ਨਾ ਕੋਈ ਜੁਆਇੰਟ ਕਮਿਸ਼ਨਰ ਆ ਰਿਹਾ। ਸ਼ਹਿਰ ਦਾ ਇੰਨਾ ਕੁ ਬੁਰਾ ਹਾਲ ਆ, ਨਾ ਮੇਅਰ ਸਾਹਿਬ ਦੇ ਆਖੇ ਕੋਈ ਅਫਸਰ ਲੱਗ ਹੀ ਰਿਹਾ। ਅਸੀਂ ਤਾਂ ਅਪੀਲ ਕਰਦੇ ਹਾਂ ਬਈ, ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਆ ਉਹਨਾਂ ਅੱਗੇ ਵੀ ਅਪੀਲ ਆ ਵੀ ਸ਼ਹਿਰ ਦਾ ਵਿਕਾਸ ਕਰਾਉਣ, ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ। ਅਸੀਂ ਤਿਆਰ ਹਾਂ ਸ਼ਹਿਰ ਦੇ ਵਿਕਾਸ ਵਾਸਤੇ। ਜਿਹੜੇ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਕੌਂਸਲਰ ਚੁਣਿਆ, ਉਹ ਲੋਕ ਸਾਥੋਂ ਵਿਕਾਸ ਦੀ ਉਮੀਦ ਰੱਖਦੇ ਆ, ਪਰ ਜਦੋਂ ਕਾਰਪੋਰੇਸ਼ਨ ਦੇ ਵਿੱਚ ਕੋਈ ਵਿਕਾਸ ਦਾ ਕੰਮ ਹੀ ਨਹੀਂ ਹੋ ਰਿਹਾ ਗਾ, ਤਾਂ ਫਿਰ ਅਸੀਂ ਲੋਕਾਂ ਦੇ ਜਵਾਬ ਦੇ ਕੀ ਕਰੀਏ। ਮੋਗਾ ਦੇ ਵਿੱਚ ਕਮਿਸ਼ਨਰ ਲੱਗਣ ਨੂੰ ਕਿਉਂ ਨਹੀਂ ਕੋਈ ਤਿਆਰ? ਮੋਗਾ 'ਚ ਕਮਿਸ਼ਨਰ ਲੱਗਣ ਦੇ ਕਈ ਕਾਰਨ ਆ ਜੀ। ਇੱਕ ਤਾਂ ਜਿਹੜੀ ਸਾਡੇ ਲੀਡਰਸ਼ਿਪ ਆ ਉਹ ਘੜਿਆਂ 'ਚ ਮੰਡੀ ਵੀ ਆ, ਕਾਂਗਰਸ ਵਾਲੇ ਕਹਿੰਦੇ ਸਾਡੇ ਆਖੇ ਲੱਗੇ, ਦੂਸਰੇ ਕਹਿੰਦੇ ਸਾਡੇ ਆਖੇ ਲੱਗੇ, ਅਤੇ ਕਮਿਸ਼ਨਰ ਅਗਲਾ ਕਹਿੰਦਾ ਵੀ ਆਪਾਂ ਇੱਥੇ ਲੈਣਾ ਕੀ ਆ, ਕਲੇਸ਼ ਕਿਉਂ, ਜਾਨ ਕੀ ਭਲਾ ਸਮਝਦੇ ਆ। ਕਾਂਗਰਸ ਪਹਿਲੇ ਧਰਨਾ ਦੇਣਾ ਸ਼ੁਰੂ ਗਿਆ ਸਾ, ਧਰਨੇ ਮੇਂ ਜਬ ਨੇ ਮਾਰੀ ਹੈ ਕਿ ਐਸੀ ਕੋਈ ਮੰਗ ਨਹੀਂ ਹੈ ਜੋ ਪੂਰੀ ਨਾ ਹੋ ਸਕੇ। ਹਮ ਲੋਕ ਸਿਰਫ ਇਹ ਮੰਗ ਕਰ ਰਹੇ ਥੇ ਮੀਟਿੰਗ ਜੋ ਬੁਲਾਈ ਜਾਏ ਕਾਰਪੋਰੇਸ਼ਨ ਕੀ, ਕਿਉਂਕਿ ਮੀਟਿੰਗ ਹੋਈ ਕੋਈ 8 ਮਹੀਨੇ ਹੋ ਗਏ ਹੈ, ਬਿਜ਼ਨਸ ਮੀਟਿੰਗ ਕੋਈ ਨਹੀਂ ਹੋਈ ਹੈ। ਜੋ ਮੀਟਿੰਗ ਬੁਲਾਣੇ ਕਾ ਖਾਸ ਮਕਸਦ ਕਿਆ ਹੈ, ਕਿਉਂਕਿ ਇਸਮੇਂ ਆਪਣੇ ਪਰਮਨ ਮਿਸ਼ਨ ਕੇ ਕਾਮ ਰਹੇ, ਪੰਜਾਬ ਸਰਕਾਰ ਨੇ ਪੈਸੇ ਵਾਪਸ ਮੰਗਾ ਲਏ ਹੈ। ਪੈਸੇ ਵਾਪਸ ਮੰਗਾਉਣੇ ਕੇ ਬਾਅਦ ਉਹਨੇ ਸੋਚਿਆ ਵੀ ਜੋ ਕਾਮ ਹੈ ਸ਼ਹਿਰ ਕੇ ਜ਼ਰੂਰੀ ਕਾਮ ਹੈ ਸਾਰੇ, ਉਸਮੇਂ ਸਾਰੇ ਸ਼ਹਿਰ ਕੀ ਮੇਨ ਸੜਕੇ ਹੈ ਉਹ ਅਰਬਨ ਮਿਸ਼ਨ ਮੇਂ ਹੈ। ਅਰਬਨ ਮਿਸ਼ਨ ਵਾਲਾ ਕਾਮ ਜੋ ਮਿਊਂਸਪਲ ਫੰਡ ਸੇ ਕਰਾਇਆ, ਕਾਰਪੋਰੇਸ਼ਨ ਫੰਡ ਸੇ ਕਰਾਇਆ ਜਾਏ, ਇਸ ਲਈ ਹਮ ਡਿਮਾਂਡ ਕਰ ਰਹੇ ਹਾਂ ਮੀਟਿੰਗ ਚਮੇੜੀ ਛੇਤੀ ਬੁਲਾਈ ਜਾਏ, ਤਾਂ ਕਿ ਸ਼ਹਿਰ ਵਾਸੀ ਲੋਕ ਭੁੱਖਾ ਵੀ ਪਰੇਸ਼ਾਨ ਹੈ, ਸਾਰੀ ਸੜਕਾਂ ਸ਼ਹਿਰ ਕੇ ਵੀ ਮੇਨ ਸੜਕਾਂ ਖਰਾਬ ਹੋ ਰਹੀਆਂ ਜੋ ਅਰਬਨ ਮਿਸ਼ਨ ਮੇਂ ਹੈ। 13 ਦਿਨ ਮੈਂ ਹਮਨੇ ਧਰਨਾ ਦਿਆ, ਧਰਨੇ ਮੇਂ ਕੋਈ ਵੀ ਆਫਿਸਰ ਹਮੇਂ ਯਹਾਂ ਤੱਕ ਪੁੱਛ ਨਹੀਂ ਰਿਹਾ ਧਰਨਾ ਆਪ ਲੋਕ ਕਿਉਂ ਦੇ ਰਹੇ ਹੋ, ਨਾ ਕਿ ਮੇਅਰ ਸਾਹਿਬ ਨੇ ਪੁੱਛਿਆ। ਮੇਅਰ ਸਾਹਿਬ ਨੇ ਇੱਕ ਦਿਨ ਬਾਹਰ ਮੇਂ ਕਰਾਇਆ ਤਾਂ ਕਿਹਾ ਵੀ ਹਮ ਲੋਕ 28 ਤਰੀਕ ਕੋ ਮੀਟਿੰਗ ਬੁਲਾ ਰਹੇ ਹੈ, ਪਰ 28 ਤਰੀਕ ਵੀ ਜੋ ਅੱਜ ਖਤਮ ਹੋ ਗਈ ਹੈ ਮੀਟਿੰਗ ਰੱਖੀ ਨਹੀਂ ਗਈ, ਇਸ ਲਈ ਹਮਨੇ ਧਰਨੇ ਕੀ ਬਜਾਏ ਆਪ ਭੁੱਖ ਹੜਤਾਲ ਸ਼ੁਰੂ ਕਰ ਦੀ ਹੈ। ਕਿਤਨੇ ਮੈਂਬਰ ਜੋ ਭੁੱਖ ਹੜਤਾਲ ਕਰ ਰਹੇ ਹੋ? ਹਮ 3 ਮੈਂਬਰ ਹਰ ਰੋਜ਼ ਭੁੱਖ ਹੜਤਾਲ ਪਰ ਬੈਠੇਂਗੇ, ਜੇ ਲੜੀਵਾਰ ਭੁੱਖ ਹੜਤਾਲ ਕਦ ਤੱਕ ਚੱਲੇਗੀ? ਜਦ ਤੱਕ ਚੱਲੇਗੀ ਦੇਖ ਰਹੇ ਹਾਂ ਹਮ ਲੋਕ, ਮੀਟਿੰਗ ਬੁਲਾਣੇ ਕਾ ਹਮਾਰੇ ਤਾਂ ਮਕਸਦ ਹੈ, ਮੀਟਿੰਗ ਜੇ ਬੁਲਾ ਦੇਂਗੇ ਤਾਂ ਠੀਕ ਹੈ। ਕੋਈ ਮੇਨ ਕਿਆ ਕਰਨਾ ਹੈ? ਵਿਕਾਸ ਨਹੀਂ ਹੋ ਰਿਹਾ, ਵਿਕਾਸ ਇਸ ਲਈ ਨਹੀਂ ਹੋ ਰਿਹਾ, ਸਾਡਾ ਮੇਅਰ ਹੈ ਉਹ ਅਨਾੜੀ ਹੈ, ਕੋਈ ਤਜਰਬਾ ਨਹੀਂ ਹੈ, ਉਸਕੇ ਕਹਿਣੇ ਪਰ ਕੋਈ ਆਪਣਾ ਕੋਈ ਵੀ ਆਫਿਸਰ ਕੰਮ ਨਹੀਂ ਕਰਦਾ ਹੈ, ਨਾ ਕੋਈ ਆਫਿਸਰ ਯਹਾਂ ਰਹਿਣੇ ਕੋ ਤਿਆਰ ਹੈ। ਜੋ ਖਾਸ ਕਰਕੇ ਕੌਂਸਲਰ ਹੈ ਉਹਨਾਂ ਕਾਮ ਹੈ ਮੀਟਿੰਗ ਦਾ ਏਜੰਡਾ ਜੋ ਆਇਆ ਉਸਕੋ ਪਾਸ ਕਰ ਦੇਣਾ, ਜੋ ਜਿਤਨੇ ਏਜੰਡੇ ਅਬ ਤੱਕ ਆਏ ਹੈ, ਜਿਤਨੀ ਮੀਟਿੰਗ ਅਬ ਤੱਕ ਹੋਈ ਹੈ, ਸਾਰੀ ਸਰਬਸੰਮਤੀ ਸੇ ਹੋਈ ਹੈ।